ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਦਾਦੂਪੁਰ, ਤਹਿਸੀਲ ਮਜੀਠਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਕੁਲਜਿੰਦਰ ਵੀਰ ਕੋਲ ਅੱਜ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਪਸ਼ੂ ਤੁਹਾਨੂੰ ਦਿਖਾਉਣੇ ਆ, ਬਿਲਕੁਲ ਨੋਰਮਲ ਰੇਟ 'ਚ ਤੁਹਾਨੂੰ 2 ਗਾਵਾਂ ਦਿਖਾਉਣੀਆਂ ਅਤੇ 1 ਆ ਤਾਜ਼ੀ ਸੂਈ ਝੋਟੀ ਤੁਹਾਨੂੰ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਵੀਰ ਜੀ ਉਹਨਾਂ ਨਾਲ ਕਰਦੇ ਹਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾ, ਠੀਕ ਠਾਕ ਜੀ? ਵਧੀਆ ਵੀਰ ਜੀ, ਠੀਕ ਠਾਕ, ਸਭ ਵਧੀਆ। ਵੇਖ ਗਿਆ ਮਾਲ ਉਦੋਂ ਵਾਲਾ ਫਿਰ? ਹਾਂਜੀ, ਉਦੋਂ ਜਲਦੀ ਵੇਖ ਗਏ ਵੀਰ ਜੀ। ਕਿੰਨੇ ਕੁ ਫੋਨ ਫਾਨ ਆਏ ਫਿਰ? ਫੋਨ ਬਹੁਤ ਜ਼ਿਆਦਾ ਆਏ ਵੀਰ ਜੀ, ਫੋਨ ਵਾਲੀ ਤਾਂ ਕਮਾਲ ਹੀ ਹੋਈ ਗਈ। ਠੀਕ ਠੀਕ ਹੈ, ਫੋਨ ਤੋਂ ਬਾਅਦ ਵਿੱਚ ਕਿਤੇ ਵੇਖ ਗਏ, ਬੰਦ ਕਰ ਛੱਡਿਆ ਗਿਆ। ਠੀਕ ਹੈ, ਤੇ ਇੱਦਾਂ ਹੀ ਵੀਰ ਜੀ ਟਾਈਮ ਪਾਸ ਹੋਈ ਜਾਂਦਾ, ਸੋਹਣਾ ਵਧੀਆ ਚੱਲਦਾ ਜਾਂਦਾ, ਮਤਲਬ ਚੱਲੀ ਜਾਂਦਾ ਕਿ ਕੰਮ। ਬਹੁਤ ਵਧੀਆ, ਕਿਰਪਾ। ਹਾਂਜੀ ਮਾਂ, ਤੇ ਅੱਜ ਵੀ ਰੇਟ ਨੋਰਮਲ ਹੀ ਹੈ? ਹਾਂਜੀ, ਛੋਟੇ ਰੇਟ, ਜਿਹੜੇ ਝੱਟ ਡੰਗਰ ਜਲਦੀ ਵੇਚ ਜੇ, ਹਨਾ। ਠੀਕ ਹੈ, ਹਾਂਜੀ। ਬਾਕੀ ਵੀਡੀਓ ਪਾਉਣ ਦਾ ਮਤਲਬ ਵੀਰ ਜੀ ਉਹ ਹੁੰਦਾ ਵੀ ਜਿਹੜਾ ਝੱਟ ਜਲਦੀ ਵਿਕਿਆ, ਹਰ ਇੱਕ ਦੇ ਰੇਟ ਨਾਲ ਜਾਇਜ਼ ਪਾ ਕੇ ਵੀਡੀਓ ਪੈਂਦੀਆਂ ਨੇ, ਮਾਰਜਨ ਥੋੜਾ ਰੱਖ ਲਓ। ਬਸ ਬਸ ਬਸ, ਹਾਂਜੀ। ਸਾਰੀ ਵੀਡੀਓ ਵੇਖੀ ਦੀਆਂ, ਉਸ ਹਿਸਾਬ ਨਾਲ ਰੇਟ ਪਾਈਦਾ ਵੀ ਜਿਹੜਾ ਡੰਗਰ ਵੇਚ ਜੇ। ਠੀਕ ਹੈ, ਹਾਂਜੀ। ਚਲੋ ਨਾਮ ਦੱਸ ਦੋ ਫਿਰ ਇੱਕ। ਨਾਮ ਮੇਰਾ ਕੁਲਜਿੰਦਰਾ ਵੀਰ ਜੀ, ਹਾਂਜੀ, ਪਿੰਡ ਦਾਦੂਪੁਰਾ, ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲਦੇ? ਫੋਨ ਨੰਬਰ ਹੈਗਾ ਵੀਰ ਜੀ 8737767368। ਠੀਕ ਹੈ, ਹਾਂਜੀ। ਤੇ ਪਹਿਲਾਂ ਝੋਟੀ ਵਿਖਾ ਦਈਏ ਫਿਰ? ਝੋਟੀ ਸੂਈ ਵੀ ਪਹਿਲਾਂ, ਬਾਅਦ 'ਚ ਤੁਹਾਨੂੰ ਗਾਵਾਂ ਦਿਖਾਉਂਦੇ ਹਾਂ। ਹਾਂਜੀ, ਵੀਡੀਓ ਪੂਰੀ ਵੇਖਿਓ ਜ਼ਰੂਰ, ਐਂਡ 'ਤੇ ਤੁਹਾਨੂੰ ਬਿਲਕੁਲ ਨੋਰਮਲ ਰੇਟ 'ਚ ਵੀ ਗਾਂ ਇੱਕ ਤੁਹਾਨੂੰ ਦਿਖਾਉਣੀ। ਚੰਗੀ ਝੋਟੀ ਵੀਰ ਜੀ। ਕਿੰਨਵਾਂ ਸੂਆ ਵੀਰ ਜੀ ਇਹਦਾ? ਸੂਆ ਵੀਰ ਜੀ ਪਹਿਲਾਂ ਹੀ ਹੋ। ਪਹਿਲਾਂ ਸੂਆ ਕਿੰਨਾ ਚਿਰ ਹੋਇਆ ਤੁਸੀਂ? ਤੁਸੀਂ ਹੋ ਗਏ 10 ਦਿਨ ਆ ਬੱਚਾ ਵਾ। ਠੀਕ ਹੈ, ਹਾਂਜੀ। ਤੇ ਸੇਲ ਸਲੱਗ ਬੜੀ ਹੈ, ਬਿਲਕੁਲ ਕੰਪੈਕਟ ਜਿਹਾ ਇਹ ਹਵਾਨਾ ਜਿਹੜਾ ਇਹਦਾ, ਇੱਕ ਵਾਰੀ ਥਾਣੇ ਦੇ ਪਹਿਲਾਂ ਹੀ ਇਸ ਤਰ੍ਹਾਂ ਦੇਖ ਸਕਦੇ ਜੀ, ਤੇ ਬੱਚਾ ਲਾ ਕੇ ਵੇਖਣ ਕਹਿੰਦੇ ਕਿ ਦਿਖਾ ਦਿਆਂਗੇ, ਪਤਾ ਲੱਗ ਜਾਂਦਾ ਠੰਡੀ ਸੀਲ ਦਾ। ਮਗਰ ਕੀ ਜੇ ਵੀਰ ਜੀ? ਮਗਰ ਵੀਰ ਜੀ ਕੱਟਾ ਹੈਗਾ ਜੀ ਉਹਦੇ, ਮਗਰ ਇਹਦੇ ਕੱਟਾ ਹੈ। ਹਾਂ, ਦੇਖ ਸਕਦੇ ਤਾਜ਼ਾ ਹੀ ਆ ਬੱਚਾ ਜਿਹੜਾ ਜੀ। ਬਾਕੀ ਵੀਰ ਜੀ ਦੁੱਧ ਤੋਂ ਬਹੁਤ ਵਧੀਆ ਨਿਕਲੂਗੀ, ਚੰਗੇ ਰਵੇ ਜੋ ਮੈਂ। ਤੇ ਉਸ ਤਰ੍ਹਾਂ ਕਿੰਨਾ ਦੁੱਧ ਤਿਆਰ ਹੈ ਦੇਖੋ? ਦੁੱਧ ਹੁਣ ਵੀਰ ਜੀ ਆਪਾਂ 11 ਲੀਟਰ ਚ ਵਾਦਾਂਗੇ ਕਿਸੇ ਵੀਰ ਨੂੰ। ਪੱਕਾ ਦੁੱਧ ਤਿਆਰ ਆ? ਪੱਕਾ ਤਿਆਰ, ਜਿਹੜਾ ਦੋਵਾਂ ਟਾਈਮਾਂ ਦਾ 11 ਲੀਟਰ ਆ। ਅੱਛਾ, ਕੋ ਦੋ ਟਾਈਮ ਚੋਲੇ, ਤਿੰਨ ਟਾਈਮ ਚੋਲੇ? ਚੋਲੇ ਵਧੀਆ, ਹਾਂਜੀ। ਤੇ ਕਿੰਨਾ ਕੁ ਦੁੱਧ ਚਵਾਈ ਜਾਓਗੇ? ਦੁੱਧ ਵੀ ਜੀ ਜ਼ਿਆਦਾ ਨਹੀਂ, ਮੈਂ ਨਾ ਚਲੋ ਗਰਮੀ ਗਰਮੀ 12 ਕਿਲੋ ਦੁੱਧ ਝੋਟੀ ਵਧੀਆ ਕੱਢੂਗੀ। ਅੱਛਾ, ਕੱਦ ਕਾਠ ਦੀ ਮੀਡੀਅਮ ਹੈ, ਦੀ ਵੱਡੀ ਨਹੀਂ ਆ। ਹਾਂਜੀ, ਤੇ ਪਤਲੇ ਚਮਚ ਆ ਦੁੱਧ ਵਾਲੀ ਕੱਟੀ, ਮਤਲਬ ਕਿ ਪਹਿਲਾਂ ਦੇ ਹਿਸਾਬ ਨਾਲ ਠੀਕ ਆ ਜਿੰਨੀਆਂ ਵੀ ਚੀਜ਼ਾਂ। ਬਹੁਤ ਵਧੀਆ ਝੋਟੀ ਵੀਰ ਜੀ, ਬਾਕੀ ਜਿਹੜੀ ਮੈਂ ਦੀ ਕੱਟੀ ਆ, ਮੈਂ 15-16 ਕਿਲੋ ਵਾਲੀ ਦੀ ਆ। ਅੱਛਾ ਅੱਛਾ, ਹਾਂਜੀ ਹਾਂਜੀ, ਹੈ ਸਾਡੇ ਇੱਧਰ ਦੀ, ਇਹ ਨਹੀਂ ਹੈ ਵੀ ਕੋ ਉੱਧਰੋਂ। ਆ ਚਲੋ, ਆਪਣੇ ਇੱਧਰ ਵੀ ਝੋਟੀਆਂ ਚੰਗੀਆਂ ਹੁੰਦੀਆਂ ਵਾ, ਪਤਲੇ ਚਮਚ ਜੀ ਨਾਲੇ ਕਿੰਨੀ ਝੋਟੀ। ਹਾਂ, ਦੇਖ ਸਕਦੇ ਥਾਣੇ ਦੇ ਇੱਕ ਵਾਰੀ ਲੱਗ ਗਏ ਤਾਂ। ਅੱਛਾ, ਅਗਲੇ ਥਾਣਾ ਦਾ ਜੀ, ਬਹੁਤ ਜ਼ਿਆਦਾ ਪੋਲਾ ਚਵਾ ਲੱਗਾ। ਤੇ ਬਾਕੀ ਹੈਗੀ ਤੇਲੀ ਦੇ ਦੀ ਧਾਰ ਬਿਲਕੁਲ ਸਾਫ਼। ਆਹ ਵੇਖ ਵੀਰ ਜੀ, ਅਗਲੇ ਥਾਣਾ ਦਿਖਾ ਦੇ, ਕੋਈ ਭੂਰ ਛੱਟਾ ਨਹੀਂ ਹੋਊਗਾ, ਚਵਾ ਪੋਲਾ ਹੋਊਗਾ, ਤਾਂ ਨਿਗਾ ਜਿਹਾ ਬੱਚਾ ਚੋਲੇ ਕੋਈ ਆ। ਠੀਕ ਹੈ, ਆਹ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਵਾ। ਚਲੋ ਖੋਲੋ, ਹਾਂ ਤੋਰ ਸੀਗੇ। 11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਇਹਦੇ ਕੋਲ ਹੈਗਾ ਵਾ, ਥਣਾਂ ਦਾ ਸਾਈਜ਼ ਜਿਹੜਾ ਪਸਮ ਕੇ ਕਾਫੀ ਵਧੀਆ ਕਰ ਜਾਂਦੀ। ਲੈ ਜੀ, ਬਾਕੀ ਸਾਰੀਆਂ ਗਰਮੀਆਂ ਦੁੱਧ ਨੇ ਚਵਾਈ ਜਾਣਾ ਵਾ।
ਤੇ ਕਿੰਨਾ ਵੀਰ ਜੀ ਫਿਰ ਮੁੱਲ ਦਾ ਨਿਗਾਹ ਜੇ ਰੱਖ ਦੀਏ ਬਿਲਕੁਲ ਮੁੱਲ ਵੀਰ ਜੀ ਬਿਲਕੁਲ ਜਾਇਜ਼ ਕਰਾਂਗੇ ਇਹਦਾ ਪਹਿਲੇ ਫੋਨ ਤੇ ਜਾਵੇ ਜੀ ਬਸ ਬਸ ਇਹ ਜਿਹੜੀਆਂ ਕੱਟੀਆਂ ਦੇ ਲੋਕ ਲੱਖ ਲੱਖ ਦੀਆਂ ਹੁਣ ਵੇਚਣਦੇ ਆ ਹਾਂਜੀ 95 ਦੀਆਂ ਵੇਚਦੇ ਆ ਇਹ ਜਿਹੜੀ ਹਾਂ ਨਾ 85,000 ਦੀ ਝੋਟੀ ਦੇ ਦੋ 85,000 ਦੀ ਦੇ ਦੋ ਬਿਲਕੁਲ ਜਾਇਜ਼ ਹਾਂਜੀ ਠੀਕ ਆ ਬਾਕੀ ਦੋ ਤਿੰਨ ਟਾਈਮ ਕੋਈ 11 ਲੀਟਰ ਦੁੱਧ ਚੋਗੇ ਖੜੇ ਠੀਕ ਆ ਜੀ ਤਸੀਲ ਸਲਾਗ ਪੂਰੀ ਹੋਊਗੀ ਠੀਕ ਆ ਬਾਕੀ ਕੱਟੀ ਵੇਚਣ ਵੀਰ ਜੀ ਲੱਖ ਦੀ ਵੇਚ ਦੇਈਦੀ ਆ ਹਾਂਜੀ ਕਿੱਡਾ ਲੇਵਾ ਕਿੱਡਾ ਥਣ ਲੱਗਾ ਕੇ ਪਾਸੇ ਪੂੰਜੀ ਨਹੀਂ ਹਾਂਜੀ ਹਾਂਜੀ ਬਾਕੀ ਬਾਜ਼ਾਰ ਦੇ ਹਿਸਾਬ ਨਾਲ ਵੇਖਦੀ ਆ ਚਲੋ ਹੁਣ ਜਾਇਜ਼ ਮਿਲੀ ਜਾਇਜ਼ ਹੀ ਦੇ ਦੇਣੀ ਠੀਕ ਆ ਜੀ ਤੇ ਆ ਵੀਰ ਜੀ ਕਿੰਨਵਾਂ ਸੂਆ ਸੁਣੀ ਜੀ ਗਾ ਇਹ ਵੀਰ ਜੀ ਦੂਜਾ ਸੂਆ ਜੋ ਬੈਠ ਸੁਣੀ ਤੇ ਇਹ ਕਿੰਨੇ ਕੁ ਦੁੱਧ ਵਾਲੀ ਜੀ ਦੁੱਧ ਵੀਰ ਜੀ 15-16 ਕਿਲੋ ਅਰਮਾਨ ਨਾਲ ਦੁੱਧ ਦਊਗੀ ਅੱਛਾ ਪਹਿਲੇ ਸੂਏ 13-14 ਕਿਲੋ ਦੁੱਧ ਕੱਢਿਆ ਵਛੀ ਨੇ ਠੀਕ ਆ ਖਾਣ ਇਹਦੇ ਕੋ ਵੀ ਕਾਫੀ ਚੰਗਾ ਲੱਗਾ ਇਹਦੀ ਲੱਤ ਸਹੀ ਕਰਿਆ ਸਿੱਧੀ ਕਰਿਆ ਥੋੜੀ ਉਤਨੇ ਵੀ ਠੰਡੀ ਧੀਰੀ ਆ ਜਿਹੜੀ ਹਾਂ ਦੇਖ ਸਕਦੇ ਹਾਂ ਥੋਣੇ ਵੀ ਬਹੁਤ ਚੰਗਾ ਲੱਗਾ ਚੰਗੇ ਗੈਪ ਤੇ ਥਾਣਿਆ ਮਿਲਕਵੇਨ ਵੀ ਚੰਗੀ ਲੱਗੀ ਆ ਜਿਹੜੀ ਖੋਲੋ ਹਾਂ ਤੋਰੀ ਹੈ ਕਿੰਨਾ ਕੁ ਲੈ ਜੀ ਟਾਈਮ ਅਜੇ ਟਾਈਮ ਇਹ ਜੀ ਇਹਨੇ ਲੈ ਨੇ 5-6 ਦਿਨ ਲੈ ਜੂਗੀ ਪਰ ਬਣੂ ਬੜੀ ਗਾ ਠੀਕ ਹੈ ਹੁਣ ਵੀ ਸੋਹਣਾ ਥੱਲੇ ਜਾਨੀ ਕਿ ਬਾਕੀ ਹੈਗੀ ਇਹ ਵੀ ਕ੍ਰੋਸ ਚ ਹੀ ਆ ਕ੍ਰੋਸ ਹਾਂ ਨਾ ਹਵਾ ਮੇਰੀ ਸਫਾਈ ਚੱਜ ਜਿੰਨੇ ਵੀ ਤਿਆਰ ਹੁੰਦੀ ਆ ਚੰਗੀ ਤਿਆਰ ਹੋਣੀ ਆ 15-16 ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਲੈ ਜਾ ਚੰਗਾ ਕਾਰਡ ਵੀ ਜੀ ਪਹਿਲੇ ਸੂਏ ਦਾ ਇਹਦਾ ਰਿਹਾ ਠੀਕ ਆ ਬਾਕੀ ਸੀਸ ਲੱਗ ਗਿਆ ਥਣ ਦੋਰਾ ਲੱਗਾ ਮੁੱਠੀ ਵਾਲਾ ਥਣ ਲੱਗਾ ਹਾਂਜੀ ਹਾਂਜੀ ਤੇ ਬਾਕੀ ਮੇਨ ਵਾਦਾ ਇਹ ਆ ਕਿ ਹੈਗੀ ਕ੍ਰੋਸ ਚ ਗਰਮੀਆਂ ਚ ਚੋਣ ਵਾਲੀ ਗਾਂ ਹਾਂ ਬੜੀ ਬਣੀ ਬਹੁਤ ਜ਼ਿਆਦਾ ਬਣੂਗੀ ਤੇ ਇਹਦਾ ਵੀ ਰੇਟ ਫਿਰ ਜਾਇਜ਼ ਰੱਖ ਲਈਏ ਰੇਟ ਵੀਰ ਜੀ ਇਹਦਾ ਵੀ ਅੱਜ ਬੱਚਾ ਬਾਹਰ ਹੁੰਦਾ ਸੂਈ ਹੁੰਦੀ ਤੇ 55,000 ਦੀ ਹੱਥੋਂ ਸੁੱਟਿਆ ਆ ਗਈ ਸੀ ਹਾਂਜੀ ਹੁਣ ਜ਼ਿਆਦਾ ਨਹੀਂ ਤੇ ਚਲੋ 45,000 ਦੀ ਦੇ ਦਿੰਦੇ 45,000 ਦੀ ਹਾਂਜੀ ਵਿੱਚੋਂ ਕਰ ਦਈਏ ਕੋ ਸਮਾਨ ਤੁਸੀਂ ਦੱਸ ਦਿਓ ਵੀਰ ਜੀ ਤੁਹਾਨੂੰ ਪਤਾ ਆਪਣਾ ਰੇਟ ਤੇ ਜਾਇਜ਼ ਹੁੰਦਾ ਛੱਡ ਦਈਏ 5,000 ਹੀ 5 ਹੀ ਛੱਡ ਦਈਏ ਹਾਂਜੀ ਚਲੋ ਇਹ ਛੱਡੋ ਛੱਡੋ ਹੁੰਦੇ ਵੀਰ ਜੀ ਆ ਗਏ 2,000 ਹੋਰ ਛੱਡ ਦੇਣ 38 ਦੀ ਕਰ ਦਿੰਦੇ ਜੈਸ ਨੋਏ ਕਰਾਂ ਬਿਲਕੁਲ ਜਿਹੜੇ ਬਸ ਇਹ ਵੀਰ ਜੀ ਭਾਅ ਨਾ ਮਿਲੇ ਡੰਗਰ 35,000 ਦੀ ਗਾਂ ਦੇਣੀ ਵਿੱਚੋਂ ਛੋਟ ਕਰਨੀ ਬਸ 100-200 ਕਰ ਦਈਏ 35,000 ਦੀ ਜੈਸ ਨੋਏ 35,000 ਦੀ ਜਾਇਜ਼ ਦੇਣਾ ਬਿਲਕੁਲ ਜਿਹੜੀ ਠੀਕ ਆ ਤੇ ਹੈਗੀ ਬਿਲਕੁਲ ਠੰਡੀ ਧੀਰੀ ਆ ਜੀ ਬਿਲਕੁਲ ਠੰਡੀ ਸੀ ਠੀਕ ਆ ਤੇ ਹੁਣ ਆਪਣੇ ਕੋਲ ਇੱਕ ਆ ਗਈ ਟੋਕੜੀ ਆਏ ਜਿਹੜੀ ਹਾਂਜੀ ਥਾਣੇ ਦੇ ਕੋਲ ਦੇਖ ਸਕਦੇ ਜੀ ਲਾਗੇ ਦਾ ਇਹਦੇ ਕੋਲ ਪੱਕਾ ਦੁੱਧ ਕਿੰਨਾ ਜੀ ਦੁੱਧ ਵੀਰ ਜੀ ਆਪਾਂ ਟੋਕੜ ਕਰਕੇ ਦਿੰਨੇ ਆ ਅੱਛਾ ਪਰ ਕਿਹੜੇ ਘਰ ਲਈ ਹੀ ਨਾ ਉਹ ਕਹਿੰਦੇ ਇਹਦਾ ਬੱਚਾ ਗਿਆ ਮਰ ਹਾਂਜੀ ਬੱਚਾ ਮਰਿਆ ਦਿੱਤਾ ਇਹਨੇ ਅੱਛਾ ਬੱਚੇ ਨੂੰ ਬੜਾ ਡੰਗਦੀ ਆ ਅੱਛਾ ਬਹੁਤ ਡੰਗਦੀ ਠੀਕ ਹੈ ਦੁੱਧ ਹੈਗਾ 8 ਲੀਟਰ ਅੱਛਾ ਜੇ ਕੋਈ ਵੀਰ ਸਾਂਭ ਲੂਗਾ ਦੁੱਧ 12-13 ਲੀਟਰ ਦੇ ਦੂਗੀ ਚਲੋ ਚੰਗੀ ਬਾਕੀ ਕੋਈ ਵੀਰ ਭਾਵੇਂ ਤੋਕੜ ਸਮਝ ਲਏ ਸੱਜਰ ਸਮਝ ਲਏ ਆਪਣੀ ਸਮਝਣਾ ਵੇਖ ਕੇ ਲੈਣੀ ਦੁੱਧ ਜਿਹੜਾ ਮੌਕੇ 'ਤੇ 8 ਲੀਟਰ ਦੱਸਦੇ ਆ ਉਹ ਤੁਸੀਂ ਆਪਣਾ ਚਵਾ ਕੇ ਲੈ ਜਾਣਾ
ਲੈ ਜਾ ਵੀਰ ਜੀ। ਥਣ ਬਹੁਤ ਵਧੀਆ ਵੀਰ ਜੀ, ਨੌਕ ਵਾਲਾ ਥਣ ਲੱਗਾ ਤੇ ਬਾਕੀ ਹੈਗੀ ਇਹ ਵੀ ਗਰਮੀਆਂ ਚ ਚੌਣ ਵਾਲੀ ਹੈ। ਤੇ ਇਹਦਾ ਵੀ ਵੀਰ ਜੀ ਮੁੱਲ ਜਾਇਜ਼ ਜਾਇਜ਼ ਕਰੀਏ ਫਿਰ। ਮੁੱਲ ਵੀਰ ਜੀ ਦੁੱਧ 8 ਲੀਟਰ ਇਹਦੇ ਥੱਲੇ ਪੱਕਾ ਜਿਹੜਾ। ਹਾਂਜੀ ਤੇ ਦੁੱਧ ਇਹ ਕਰ ਜੂਗੀ 11-12 ਕਿਲੋ, ਬਾਕੀ ਸੇਵਾ ਨਾ ਕਿਸੇ ਦੀ ਨਾ। ਤੇ ਬਾਕੀ ਆਪਾਂ ਚਲੋ 8 ਕਿਲੋ ਦੁੱਧ ਦੇ ਹਿਸਾਬ ਨਾਲ ਪੈਸੇ ਮੰਗਦੇ ਹਾਂ, ਉਸ ਹਿਸਾਬ ਨਾਲ ਬਾਹਰੋਂ ਵੈਟ ਲਈ ਜੀ। ਹਾਂਜੀ ਇਹ ਵੀਰ ਜੀ ਦੇ ਦਾਂਗੇ ਵੈਟ, ਮੁੱਲ ਜੋ ਮਰਜ਼ੀ ਕਰੀਏ 20,000 ਦੀ ਦੇ ਦਿੰਦੇ। 20,000 ਦੀ ਦੇ ਦਿਓ। ਹਾਂਜੀ ਵਿੱਚੋਂ ਛੱਡ ਜੇ ਕੋਈ 2,000 ਹੋਰ। ਦੋ ਨਹੀਂ 3 ਹੀ ਛੱਡੋ, 15 ਦੀ ਛੋਟ ਕਰ ਦਾਂਗੇ, 15,000 ਦੀ ਬਿਲਕੁਲ। ਅੱਛਾ ਆਪਣੀ ਜਿਹੜਾ ਚਵਾਈ ਕਰਕੇ ਤਸੱਲੀ ਕਰਕੇ ਖੜੇ, ਇੱਥੋਂ ਪੂਰਾ ਪਾਸ ਹੋਵੇ ਪਸੰਦ ਹੋਵੇ ਤੇ ਖੋਲੇ। ਫਿਰ ਇਹ ਨੀ ਆ ਵੀ ਤੁਸੀਂ ਸਾਈ ਪਾਈ ਆ ਤੇ ਜੇ ਤੁਹਾਨੂੰ ਨਹੀਂ ਪਸੰਦ ਤਾਂ ਸਾਈ ਨਾ ਮੋੜਾਂਗੇ, ਉਸੇ ਵੇਲੇ ਸਾਈ ਮੋੜਾਂਗੇ। ਠੀਕ ਹੈ ਚਲੋ, ਸਾਨੂੰ ਪਤਾ ਸਾਡਾ ਡੰਗਰ ਪਸੰਦ ਆਉਣਾ ਵਾ, ਸਾਫ ਆ। ਹਾਂਜੀ ਆਓ ਆਪਾਂ ਦੇਖੋ ਆਉਂਦੇ ਹਾਂ ਵੀ ਚਲੋ ਲੱਦ ਕੇ ਭੇਜ ਨਾਲ ਵੀਰ ਜੀ ਤੁਸੀਂ ਇੱਥੇ ਆਪ ਇੱਥੇ ਆ ਜਾਓ, ਲੈ ਕੇ ਆਪ ਆ ਜਾਓ। ਹਾਂਜੀ ਸਭ ਤੋਂ ਵਾਧਾ ਹੋ ਜਾਂਦਾ ਉਹ ਚੀਜ਼ ਦਾ ਵਾਧਾ ਹੁੰਦਾ। ਹਾਂਜੀ ਠੀਕ ਹੈ ਜੀ, ਬਾਕੀ ਫੋਨ ਨੰਬਰ ਹੈਗਾ ਵੀਰ ਜੀ 8973। ਹਾਂਜੀ 7-3-8। ਠੀਕ ਹੈ ਜੀ, ਬਾਕੀ ਆਪਣੀ ਸਮਝਣਾ ਵੇਚ ਚਾਹ ਕੇ ਪਸ਼ੂ ਖਰੀਦਿਆ ਕਰੋ, ਜਿੱਥੋਂ ਵੀ ਲੈਣਾ ਭਾਵੇਂ ਇੱਥੋਂ ਕਿਤੇ ਵੀ ਆ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।